ਦੱਸੋ ਵੀ ਜੇ ਦੋਸਤਾਂ ਨੇ ਰੱਖੀ ਜਿਨ੍ਹਾਂ ਦੇ ਕੋਲੇ ਮੌਜੂਦ ਆ ਰੱਖ ਲੈਣੀ ਇਹਨਾਂ ਨੂੰ ਸੇਲ ਕਰ ਦੇਣੀ ਸੀ ਮੈਂ ਤੇ ਇਹ ਕਹਿੰਦਾ ਵਾ ਕਿ 2-3 ਦਿਨ ਵੇਟ ਕਰਨਾ ਚਾਹੀਦਾ ਅੱਛਾ ਉਮੀਦ ਹੈ ਕਿ ਇਹਦਾ ਰੇਟ ਜਾਏਗਾ ਉੱਤੇ ਸਹੀ ਜ਼ਬਰਦਸਤ ਆਪਣੀ ਆੜਾ ਦਾ ਕੀ ਨਾਮ ਆ ਚੰਨੂ ਟ੍ਰੇਡਰ ਰੈਂਟ ਕੋ ਤੇ ਮੋਬਾਈਲ ਨੰਬਰ ਦੱਸ ਦੇਣਾ ਆਪਾਂ 0300 397 9737 ਉਰਦੂ ਚ ਦੱਸੋ ਜੀ ਸਾਡੇ ਕਿਸਾਨ ਭਰਾਵਾਂ ਨੂੰ 0300 397 9737 ਸਹੀ ਹੋ ਬਹੁਤ ਸ਼ੁਕਰੀਆ ਤੇਲ ਦੀ ਕੀ ਸੂਰਤ ਹਾਲ ਆ ਵਧਣਗੇ ਕਿ ਨਹੀਂ ਵਾਧੇ ਹੁਣ ਤੇਲ ਦਾ ਜੀ ਅਸੀਂ ਤੇ ਕਹਿ ਰਹੇ ਵਧਣਾ ਚਾਹੀਦਾ ਮਗਰ ਤੇਲ ਦਾ ਥੱਲੇ ਹੀ ਜਾ ਰਿਹਾ ਹੈ ਮੇਰੇ ਖਿਆਲ ਕਿਸਾਨਾਂ ਕੋ ਤੇ ਮੋਗਿਆ ਐਸਐਮ ਸਟਾਕੀਆਂ ਕੋਲ ਹੀ ਪਿਆ ਹੁਣ ਕਿਆ ਸਾਰਾ ਚੰਨੂ ਚ ਤੇਲ ਹੈ ਮਗਾਮੀ ਤੇਲ ਹੈ ਨਹੀਂ ਹਾਂਜੀ ਬਹੁਤ ਦਾ ਤੇਲ ਆ ਰਿਹਾ ਹੈ ਵਾਧਾ ਤੇਲ ਆ ਰਿਹਾ ਵਾ ਤੇਲ ਆ ਰਿਹਾ ਮੁਜ਼ੱਫਰਗੜ੍ਹ ਤੋਂ ਸਾ ਯਾਨੀ ਕਿ ਐਸਐਮ ਸਟਾਕੀ ਲੈ ਕੇ ਆ ਰਹੇ ਆ ਸਟਾਕੀ ਸਾਰਾ ਆ ਰਿਹਾ ਜੀ ਵਪਾਰੀ ਮਾਲ ਆ ਰਿਹਾ ਬਾਹਰ ਦਾ ਅੱਛਾ ਲਈਆ ਕੋਟ ਅੱਦੂ ਮੁਜ਼ੱਫਰਗੜ੍ਹ ਰਾਜਨਪੁਰ ਇਸ ਜਗ੍ਹਾ ਤੋਂ ਮਾਲ ਪਿਛਲੇ ਦਿਨਾਂ ਦੇ ਫੇਰ ਵੀ ਤਕਰੀਬਨ 13000 ਨੂੰ ਚਲੇ ਗਏ ਸੀ ਹੁਣ ਫੇਰ ਥੱਲੇ ਆ ਗਏ ਤੇਰਾ ਅੱਛਾ ਮਾਲ ਜਿਹੜਾ ਹੁਣ ਮੈਂ ਵੇਚਿਆ ਜੀ 10550 ਨੂੰ ਅੱਛਾ ਮਾਲ ਜਿਹੜਾ ਅੱਛਾ ਮਾਲ ਕੀ ਕਰੀਏ ਜੀ ਕਿਸਾਨ ਵੀ ਰੋਂਦਾ ਤੇ ਅੱਗੋ ਅਸਾਂ ਨੂੰ ਤਕਲੀਫ ਹੁੰਦੀ ਸਾਰੀ ਗੱਲ ਆ ਜੀ ਕਪਾਸ ਦਾ ਕੀ ਰੇਟ ਚੱਲ ਰਿਹਾ ਕਪਾਹ ਦਾ ਰੇਟ ਜੀ ਵੀ ਕਪਾਹ ਹੁਣ ਆਈ ਹੈ ਜੀ 7500 ਰੁਪਏ ਰੇਟ ਲੱਗਿਆ 7500 ਤੇ ਮੁੰਜੀ ਦਾ ਕੀ ਰੇਟ ਚੱਲ ਰਿਹਾ ਮੁੰਜੀ ਦਾ ਮੁੰਜੀ ਦਾ ਹੁਣ 1509 ਵੇਚੀਏ ਜੀ 3500 ਰੁਪਏ ਸਹੀ ਤੇ ਇੱਕ ਫੁੱਲਿਆਂ ਵਾਲੀ ਆ ਰਹੀ ਆ ਆਮ ਜਿਹੜੀ ਫੁੱਲਿਆਂ ਵਾਲੀ ਦਾ 2200 2300 ਟਾਪ ਰੇਟ ਹੈ ਜੀ ਅੱਛੀ 8000 1509 ਲਾਪੀ ਕਿ ਨਹੀਂ ਆਪੀ ਇਹ ਤੱਕ 1509 ਆ ਰਹੀ ਹੈ ਆ ਰਹੀ ਜਾਈਏ ਅੱਛਾ ਆਮ ਨਾਲ ਵੇਚੀਏ 3500 3500 ਦਾ ਰੇਟ ਹੋਣਾ ਹੀ ਹੈ ਚਲੋ ਮਾਸ਼ਾ ਤੇ ਭਾਈ ਮਕਈ ਦਾ ਕੀ ਰੇਟ ਆ ਮਕਈ ਦਾ ਰੇਟ ਕੁਝ ਫਿਲਹਾਲ ਵੈਸੇ 3300 ਤੱਕ ਅੱਛਾ ਮਕਈ ਦਾ ਅੱਜ ਟਾਪ ਦੀ ਜਿਹੜੀ ਗੰਦਮ ਸੇਲ ਹੋਈ ਉਹ ਕਿੰਨੇ ਚ ਹੋਈ ਜੀ ਸਾਡੇ ਕੋਲ ਜਿਹੜੀ ਹੈ ਨਾ 2740 ਨੂੰ ਸੇਲ ਹੋਈ ਹੈ ਟਾਪ ਤੇ ਸਾਫ ਆ ਲੱਗੀ ਲੁਕੀ ਬਹੁਤ ਪਿਆਰੀ ਕਣਕ ਹੈ ਜੀ ਬਹੁਤ ਪਿਆਰੀ ਕਣਕ ਤੇ ਵੈਸੇ ਭਾਈ ਜਿਹੜੀ ਲੱਗੀ ਲੁਕੀ ਆਂਦੀ ਹੁੰਦਾ ਕਿ ਉਹ 2650 ਦੀ ਰੇਂਜ 2650 ਯਾਨੀ ਕਿ ਗੰਦਮ ਦਾ ਜਿਹੜਾ ਰੇਟ ਆ ਬਿਹਤਰ ਹੋਣਾ ਸ਼ੁਰੂ ਹੋ ਚੁੱਕਿਆ ਵਾ ਅਲਹਮਦੁਲਿਲਾ ਜੀ ਤਕਰੀਬਨ 3 ਦਿਨਾਂ ਦੇ ਵਿੱਚ 150 ਰੁਪਏ ਜਦੋਂ ਬੀਜ ਦਾ ਟਾਈਮ ਹੋਣਾ ਤਕਰੀਬਨ ਦੇ 4000 ਨੂੰ ਪਹੁੰਚ ਜੂਗੀ ਫਿਰ ਤੇ ਜੀ ਇਹ ਤੁਹਾਡੇ ਬਹੁਤ ਮੁਬਾਰਕ ਹੋਵੇ 4000 ਬਹੁਤ ਜੀ ਚਲੋ ਜੀ ਇੱਕ ਮੇਰੇ ਕੋਈ ਦੋਸਤ ਸੇਲ ਕਰਨਾ ਚਾਵੇ ਤੋਂ ਨਾਲ ਰابطਾ ਕਰਨਾ ਚਾਵੇ ਜੀ ਜੀ ਬਿਲਕੁਲ ਸਾਡਾ ਜਿਹੜੇ ਨਾ ਮਹਿਕਮਾ ਸਾਡੀ ਕੰਪਨੀ ਨੈਟ ਸੇਲ ਸਾਡੀ ਜੀ ਸਹੀ ਤੇ ਅਸੀਂ ਕੈਸ਼ ਤੇ ਦਿੰਨੇ ਆ ਹਾਂਜੀ ਨੰਬਰ ਦਿਓ ਆਪਣਾ 0300 ਹਾਂਜੀ 397 9737 ਜੀ ਬਹੁਤ ਸ਼ੁਕਰੀਆ ਕੈਸ਼ ਕਿਸਾਨ ਨੂੰ ਕੈਸ਼ ਦੇ ਕੇ ਟੋਕ ਦੇ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਭਾਈ